मजनू साहब जो जंगल दे विचो आ गया लैला नूं देखण वास्ते, एक मस्जिद सीगी छोटी जी, ओदे च आ गया मजनू साहब। शाम दा टाइम होया, सौण जदों लगे, लहिंदे पासे नूं मजनू साहब ने सराहना कीता ते चढ़दे पासे वल नूं ओदियां लत्तां हो गईयां। सोचिया भी इधर तां मेरे यार दा हुजरा। आखिरकार कुतब वल नूं उहने सराहना कर लिया। दक्खण वल नूं ओदे मां बाप दा घर सीगा। मजनू ने कहा भी इह की होना चाहीदा। चार चफेरा देखिया, ओड़ कहारी वाजी, लत्तां उत्ते नूं कर लिया, भवें गुस्से रही भवें राजी। अल्लाह दी जात वल नूं लत्तां तां नूं करके पै गया। ਉਹ ਤਾਂ ਹੁਣ ਉੱਥੇ ਪਿਆ, ਇੱਕ ਅੰਨਾ ਹਾਫਜ਼ ਕਿਤੇ ਫਿਰਦਾ ਤੁਰਦਾ, ਉਹ ਵੀ ਉਸ ਮਸੀਦ ਦੇ ਵਿੱਚ ਆ ਗਿਆ। ਉਧਰ ਕਿਤੇ ਲੈਲਾ ਨੂੰ ਦੱਸ ਦਿੱਤਾ ਸਹੇਲੀਆਂ ਨੇ ਵੀ ਮਜਨੂੰ ਤੇਰਾ ਫਲਾਨੀ ਮਸਜਿਦ ਦੇ ਵਿੱਚ ਸੁੱਕਾ ਪਿਆ। ਬਹੁਤ ਬੁਰਾ ਹਾਲ ਆ। ਲੈਲਾ ਨੇ ਉਸੇ ਵੇਲੇ ਗੋਲੀ ਨੂੰ ਆਵਾਜ਼ ਮਾਰੀ ਕਿ ਗੋਲੀਏ, ਆ ਇੱਕ ਚੂਰੀ ਦਾ ਛੰਨਾ ਮੇਰੇ ਮਜਨੂੰ ਦੇ ਕਿਆ। ਗੋਲੀ ਲੈ ਕੇ ਤੁਰ ਪਈ, ਬਾਹਰ ਆ ਕੇ ਆਵਾਜ਼ ਮਾਰ ਦਿਆ, ਮਜਨੂੰ ਮਜਨੂੰ। ਹੁਣ ਮਜਨੂੰ ਸਾਹਿਬ ਦੀਆਂ ਅੱਖਾਂ ਹੋਧਰੇ ਕਿਤੇ ਗਈਆਂ। ਹਾਫਜ਼ ਨੇ ਬੋਲਿਆ ਵੀ ਖਬਰੇ ਮੈਨੂੰ ਮਜਨੂੰ ਕਹਿ ਕੇ ਆਵਾਜ਼ ਮਾਰ ਦੇ। ਹਾਫਜ਼ ਕਹਿੰਦਾ ਕੀ ਗੱਲ ਹੈ? ਕਹਿੰਦੀ ਜੀ ਆਹ ਤੁਹਾਡੀ ਲੈਲਾ ਨੇ ਤੁਹਾਡੇ ਵਾਸਤੇ ਛੰਨਾ ਇੱਕ ਚੂਰੀ ਦਾ ਭੇਜਿਆ। ਉਸ ਵੇਲੇ ਹਾਫਜ਼ ਨੇ ਛੰਨਾ ਫੜਿਆ ਤੇ ਖਾ ਲਿਆ। ਫਿਰ ਕਹਿਣ ਲੱਗੀ ਜੀ ਲੈਲਾ ਨੇ ਕਿਹਾ ਵੀ ਇਸੇ ਮਸਜਿਦ ਦੇ ਵਿੱਚ ਆਪਣਾ ਟਿਕਾਣਾ ਕਰੀ ਰੱਖਣਾ, ਰੋਜ਼ ਤੁਹਾਡੇ ਵਾਸਤੇ ਚੂਰੀ ਦਾ ਛੰਨਾ ਆਇਆ ਕਰੂਗਾ। ਹਾਫਜ਼ ਨੇ ਕਿਹਾ ਵੀ ਆਹ ਤਾਂ ਮੌਜਾਂ ਲੱਗ ਗਈਆਂ। ਇਸੇ ਤਰ੍ਹਾਂ ਕਰਦਿਆਂ ਕਰਦਿਆਂ ਰੋਜ਼ ਛੰਨਾ ਚੂਰੀ ਦਾ ਆ ਜਾਣਾ, ਹਾਫਜ਼ ਉਹਨਾਂ ਨੇ ਖਾ ਲੈਣਾ। ਹਾਫਜ਼ ਹੁਣੀ ਗੱਜ ਗਏ, ਚੰਗੇ ਪੜ ਗਏ। ਇੱਕ ਦਿਨ ਕਿਤੇ ਲੈਲਾ ਗੋਲੀ ਨੂੰ ਪੁੱਛਣ ਲੱਗੀ ਵੀ ਗੋਲੀਏ, ਮੇਰਾ ਮਜਨੂੰ ਵੀ ਦੇਖਿਆ ਵੀ ਤਕੜਾ ਵੀ ਹੋਇਆ। ਕਹਿੰਦੀ ਬੀਬੀ ਜੀ ਉਹ ਤਾਂ ਝੋਟੇ ਵਰਗਾ ਫਿੱਟਿਆ ਪਿਆ। ਲੈਲਾ ਨੇ ਸੋਚਿਆ ਵੀ ਉਹ ਨਹੀਂ ਹੋਣਾ ਮਜਨੂੰ। ਉਸ ਦਿਨ ਇੱਕ ਛੰਨਾ ਦੇਤਾ, ਇੱਕ ਛੁਰੀ ਦੇਤੀ, ਵੀ ਉਹਨੂੰ ਜਾ ਕੇ ਕਹੀ ਵੀ ਅੱਜ ਤੁਹਾਡੀ ਲੈਲਾ ਨੇ ਖੂਨ ਮੰਗਿਆ। ਉਸੇ ਤਰ੍ਹਾਂ ਗੋਲੀ ਲੈ ਕੇ ਤੁਰ ਪਈ। ਜਦੋਂ ਛੰਨਾ ਆ ਕੇ ਦਿੱਤਾ, ਹਾਫਜ਼ ਨੂੰ ਇਸ ਤਰ੍ਹਾਂ ਹੱਥ ਰੱਖਿਆ, ਉੱਤੇ ਪਈ ਛੁਰੀ। ਉਹ ਆਖਣ ਲੱਗਾ ਜੀ ਇਹ ਕੀ ਗੱਲ? ਕਹਿੰਦੀ ਅੱਜ ਤੁਹਾਡੀ ਲੈਲਾ ਨੇ ਖੂਨ ਮੰਗਿਆ ਤੁਹਾਡਾ। ਹਾਫਜ਼ ਨੇ ਕਿਹਾ ਵੀ ਖਬਰੇ ਇਸੇ ਤੋਂ ਚੂਰੀਆਂ, ਇਸੇ ਤੋਂ ਮੈਨੂੰ ਚੂਰੀਆਂ ਖਿਲਾਉਂਦੀ ਹੁੰਦੀ ਸੀ ਕਿ ਖੂਨ ਕੱਢਣ ਵਾਸਤੇ। ਅੰਨਾ ਆਦਮੀ ਕਦੇ ਉੱਧਰ ਨੂੰ ਭੱਜਾ ਫਿਰਦਾ, ਕਦੇ ਉੱਧਰ ਨੂੰ। ਮਜਨੂੰ ਸਾਹਿਬ ਦੀ ਅੱਖ ਖੁੱਲ ਗਈ। ਮਜਨੂੰ ਕਹਿਣ ਲੱਗਾ ਵੀ ਖੂਨ ਦੇਣ ਵਾਲੇ ਇੱਧਰ ਮਜਨੂੰ ਪਏ ਆ, ਇੱਕ ਗੋਲੀ ਦੇ ਨਾਲ ਜਵਾਬ ਕਰਦਾ ਭਲਾ ਵੇ, ਕੈਸੇ ਜਵਾਬ ਕਰਕੇ ਦੱਸਦਾ। ਕੱਢ ਲਾ ਬਜਰੂ ਦੇ ਵਿੱਚ ਸਾਰਾ ਗੋਲੀਏ ਨੀ, ਕੱਢ ਲਾ।
ਲਾਣਾ।